इस संघर्ष के दोस्तों आ एकता आ प्यार जिहड़ा वा ये निकल के आया जी। इस वक्त आप खड़े हाँ समूह मुस्लिम भाईचारा मलेरकोटला पंजाब दे लंगर लगा हुआ भाई जी उन्हां दा ते आवाजा दे के ते लंगर वरताया जा रहा वा। पूरा इत्थे सेवादार जिहड़े आ जी सांझे तौर ते काम कर रहे आ। सत श्री अकाल जी। श्री अकाल। की कहना चाहोगे तुसीं इस संघर्ष बारे ते ਇਹ ਸੰਘਰਸ਼ ਜਿਹੜਾ ਹੈਗਾ ਜੀ ਜਦੋਂ ਤੱਕ ਚੱਲੂ ਅਸੀਂ ਤੁਹਾਡੇ ਬਰਾਬਰ ਖੜੇ ਹਾਂ ਜੀ। ਹਾਂਜੀ। ਬਾਕੀ ਜਿਹੜਾ ਸੰਘਰਸ਼ ਹੈ ਸਾਰਿਆਂ ਦਾ ਸੰਘਰਸ਼ ਹੈ ਸਾਰੇ ਜਿਹੜੇ ਹੈਗੇ ਕਿਸਾਨ ਨੇ ਸਾਰੇ ਮਜ਼ਦੂਰ ਨੇ ਠੀਕ ਹੈ ਨੀ ਔਰ ਜਿੰਨੀ ਲੰਬੀ ਚੱਲੇ ਅਸੀਂ ਉਨੀ ਲੰਬਾ ਚੱਲਾਂਗੇ ਔਰ ਦੋ ਦਿਨ ਖਤਮ ਹੋ ਜਾਏ ਦੋ ਦਿਨ ਵਾਪਸ ਚਲੇ ਜਾਵਾਂਗੇ ਅਗਰ ਸਰਕਾਰ ਨਹੀਂ ਆਉਂਦੀ ਬਿਲ ਆਪਣੇ ਵਾਪਸ ਲੈ ਲੈਂਦੀ ਹੈ। ਇਹ ਸੰਘਰਸ਼ ਦੇ ਵਿੱਚੋਂ ਜੀ ਇੱਕ ਚੀਜ਼ ਤਾਂ ਹੈਗੀ ਹੈ ਜਿਹੜਾ ਆਪਣਾ ਭਾਈਚਾਰਕ ਸਾਂਝ ਸੀਗੀ ਜੀ ਜੀ ਇਹ ਤਾਂ ਜੀ ਪਹਿਲਾਂ ਇਹ ਜਿਹੜੀ ਭਾਈਚਾਰਕ ਸਾਂਝ ਹੈ ਇਹ ਤਾਂ ਬਹੁਤ ਦੇਰ ਤੋਂ ਹੈ। ਹਾਂਜੀ ਜਾਂ ਆਪਣੇ ਅੰਮ੍ਰਿਤਸਰ ਸਰਕਾਰਾਂ ਦੇ ਵਿੱਚ ਆਪਣੇ ਥੋੜ੍ਹਾ ਜਿਹਾ ਹੋ ਕੇ ਰਹਿੰਦੇ ਆਏ ਹੈ ਔਰ ਇੱਕੋ ਹੋ ਕੇ ਹੀ ਰਹਾਂਗੇ। ਠੀਕ ਹੈ ਨਹੀਂ ਬਿਲਕੁਲ ਜੀ ਅਤੇ ਇੱਥੇ ਦੇਖੋ ਜੀ ਸਾਰੇ ਕਿਸਾਨ ਵੀਰ ਜੋ ਵੀ ਆ ਕਿਸਾਨ ਮਜ਼ਦੂਰ ਵੀਰ ਹਰ ਤਰ੍ਹਾਂ ਦੇ ਸਾਰੇ ਵੀਰ ਇੱਥੇ ਲੰਗਰ ਛਕ ਰਹੇ ਆ ਸਾਂਝੇ ਤੌਰ 'ਤੇ ਅਤੇ ਬਾਈ ਜੀ ਹੁਣੀ ਪੂਰੀ ਸੇਵਾ ਕਰ ਰਹੇ ਆ। ਬੜੇ ਆ